ਪਲਵਿੰਦਰ ਸਿੰਘ 'ਤੇ ਦਰਜ ਮਾਮਲਾ ਰੱਦ ਕਰਨ ਅਤੇ ਮਾਸਟਰ ਬਲਕਰਨ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 4 ਦਿਨ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮੋਗਾ ਥਾਣਾ ਸਿਟੀ 1 ਦਾ ਘਿਰਾਓ ਕਰਕੇ ਥਾਣੇ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ। ਇਸ ਵਿਸ਼ਾਲ ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ। ਉੱਥੇ ਹੀ ਪੰਜਾਬ ਸਰਕਾਰ ਅਤੇ ਮੋਗਾ ਦੇ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਇਨਸਾਫ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ, ਪਰ ਅੱਜ ਹਾਲਾਤ ਇਹ ਹਨ ਕਿ ਜਿਹੜੇ ਵਿਅਕਤੀ ਗੁੰਡਾਗਰਦੀ ਕਰਕੇ ਔਰਤਾਂ ਦੇ ਕੱਪੜੇ ਪਾੜਦੇ ਹਨ, ਬਦਸਲੂਕੀ ਕਰਦੇ ਹਨ, ਉਹ ਬਾਹਰ ਫਿਰਦੇ ਹਨ ਅਤੇ ਉਹਨਾਂ ਨੂੰ ਰੋਕਣ ਵਾਲੇ ਜੇਲ੍ਹ ਅੰਦਰ ਡੱਕੇ ਜਾਂਦੇ ਹਨ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਪਲਵਿੰਦਰ ਸਿੰਘ 'ਤੇ ਦਰਜ ਪਰਚਾ ਰੱਦ ਕਰਕੇ ਉਸ ਦੀ ਰਿਹਾਈ ਕਰਨ ਅਤੇ ਕਾਰੇ ਨੂੰ ਅੰਜਾਮ ਦੇਣ ਵਾਲੇ ਮਾਸਟਰ ਬਲਕਰਨ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸਾਡੇ ਉਸ ਵੀਰ ਨੂੰ ਪੀੜਤ ਪਰਿਵਾਰ ਦੇ ਸਾਡੀ ਭੈਣ ਦੇ ਪਤੀ ਨੂੰ ਜੇਲ੍ਹ ਦੇ ਵਿੱਚ ਇੱਥੋਂ ਦੇ ਅੰਦਰ ਚੋਣੇ ਬੰਦ ਕਰਤਾ। ਇਹਨੂੰ ਲੱਗਦਾ ਸੀ ਸੁਣ ਜਾ ਰਿਹਾ ਵੀ ਮੁੱਖ ਦੇ ਵਿੱਚ ਜਾਣ ਬੁੱਝ ਕੇ ਗੱਲਾਂ ਚੋਲ ਜਾ ਕੇ ਉਸ ਪੀੜਤ ਪਰਿਵਾਰ ਦੇ ਸਾਡੀ ਭੈਣ ਦੇ ਪਤੀ ਨੂੰ ਜੇਲ੍ਹ 'ਚ ਡੱਕਿਆ ਇਸ ਤਰੰਦੇ ਨੇ। ਸਾਡੇ ਪੂਰੇ ਪੰਜਾਬ ਪੁਲਿਸ ਜਿਹੜੀ ਸਾਡੇ ਪੱਗ ਦੀ ਛਾਣ ਆ ਉਹਨੂੰ ਬਦਨਾਮ ਕਰਨ ਦੇ ਵਿੱਚ ਵੱਡਾ ਹੱਥ ਹੈ ਇੱਥੋਂ ਦੇ SHO ਦਾ। ਕੀ ਲੋਕਾਂ ਨੂੰ ਇਹ ਇਨਸਾਫ਼ ਦੇਣਗੇ? ਇਹ KPS ਗੱਲ ਦੇ ਚੇਲੇ ਜਿਨ੍ਹਾਂ ਨੇ ਬੁੱਚੜਾ ਨੇ ਉਹਦਾ ਵੀ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਮਾਰ ਕੇ ਟ੍ਰੇਨਾਂ ਦੇ ਛੇਮ ਨਾਲਿਆਂ ਦੇ ਨਹਿਰਾਂ ਦੇ ਸਾਡੇ ਨੌਜਵਾਨਾਂ ਨੂੰ ਭੁੱਲਿਆ। ਉਹਨਾਂ ਦਾ ਖੂਨ ਉਹਨਾਂ ਦੇ ਚੇਲੇ ਆ ਇਹ ਜਿਹੜਾ ਇੱਥੋਂ ਦਾ SHO ਇੱਥੋਂ ਦੇ SI ਆ। ਮੈਂ ਫਿਰ ਕਹਿਣਾ ਚਾਹੁੰਦਾ ਉਹ ਜੇ ਤੇਰੀ ਭੈਣ ਨੂੰ ਹੱਥ ਪਾਇਆ ਹੁੰਦਾ ਤੇਰੀ ਮਾਂ ਨੂੰ ਹੱਥ ਪਾਇਆ ਹੁੰਦਾ ਬੱਚੀ ਪਰਿੰਦਾ ਅੱਜ ਖੁੱਲੇ ਆਮ ਘੁੰਮ ਲੈਂਦਾ ਤੇਰੇ ਵਰਗੇ ਨੇ ਸੇਮ ਨਾਲ ਤੇ ਲਿਜਾ ਕੇ ਉਹਨੂੰ ਗੋਲੀਆਂ ਮਾਰ ਦੇਣੀਆਂ ਸੀ। ਤੂੰ ਸੋਚਿਆ ਹੋਊਗਾ ਵੀ ਇਹ ਗਰੀਬ ਪਰਿਵਾਰ ਆ ਇਹਦੇ ਮਗਰ ਕਿਹੜਾ ਕਿਸੇ ਨੇ ਆਉਣਾ, ਪਰ ਤੈਨੂੰ ਇਹ ਨਹੀਂ ਸੀ ਪਤਾ ਅਸੀਂ ਦਿੱਲੀ ਦੇ ਵਿੱਚ 13 ਮਹੀਨੇ ਲਗਾਤਾਰ ਇਹਨਾਂ ਮੋਰਚਾ ਦੀ PhD ਕਰਕੇ ਆਏ ਆ। ਚਾਹੇ ਸਾਡੇ ਜ਼ਮੀਨਾਂ ਦਾ ਮਸਲਾ ਆਵੇ ਚਾਹੇ ਸਾਡੀ ਕਿਸਾਨ ਜਥੇਬੰਦੀ ਆ, ਇਹਦਾ ਮਤਲਬ ਇਹ ਨੀ ਤੂੰ ਗੁੰਡਿਆਂ ਨੂੰ ਹੱਲਾ ਛੇਰੀ ਦੇ ਕੇ ਸਾਡੀਆਂ ਭੈਣਾਂ ਦੀਆਂ ਇੱਜ਼ਤਾਂ ਤੇ ਹੱਥ ਪਵਾਏਗਾ। ਉਹ ਜੇ ਤੇਰੇ ਤੋਂ ਹਜੇ ਵੀ ਇਨਸਾਫ਼ ਨਹੀਂ ਦਿੱਤਾ ਜਾਂਦਾ ਕੁਝ ਸਮੇਂ ਦੇ ਵਿੱਚ BKG1 ਸਿੱਧੂਪੁਰ ਵੱਲੋਂ ਸਾਡਾ ਪ੍ਰੋਗਰਾਮ ਅਨਾਊਂਸ ਹੋਣ ਵਾਲਾ, ਤੁਹਾਡੇ ਨੱਕ 'ਚ ਦਮ ਕਰ ਦਿਆਂਗੇ। ਥਾਂ ਥਾਂ ਤੇ ਮੌਕੇ ਦੇ ਵਿੱਚ ਤੁਹਾਡੇ SSP ਦੀਆਂ, ਤੁਹਾਡੇ DSP ਦੀਆਂ, ਤੁਹਾਡੇ SHO ਦੀਆਂ ਇਹਨਾਂ ਦੀਆਂ ਅਰਥੀਆਂ ਫੁੱਕੀਆਂ ਜਾਣਗੀਆਂ। ਪੂਰੇ ਮੌਕੇ ਨੂੰ ਧੂਆ ਰੋਲ ਕਰ ਦਾਂਗੇ। ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਵੱਡੀ ਲਾਮਬੰਦੀ ਪੈਦਾ ਕਰਕੇ ਤੁਹਾਡਾ ਸਾਹ ਬੰਦ ਕਰ ਦਾਂਗੇ। ਤੁਸੀਂ ਫਿਰਦੇ ਕਿੱਥੋਂ? ਸਭ ਤੋਂ ਵੱਡੀ ਤਾਂ ਗੱਲ ਹੈ ਬੜੀ ਦੁੱਖਦਾਈ ਗੱਲ ਇਹ ਹੈ ਕਿ ਸਾਨੂੰ ਇਸ ਸਰਕਾਰ 'ਚ ਜਿਹਦੋਂ ਬੜੀਆਂ ਉਮੀਦਾਂ ਸੀ ਲੋਕਾਂ ਨੂੰ ਔਰ ਬੜੀ ਉਮੀਦ ਨਾਲ ਇਹ ਸਰਕਾਰ ਨੂੰ ਵੋਟਾਂ ਪਾ ਕੇ ਲੋਕਾਂ ਨੇ ਜਿਤਾਇਆ ਔਰ ਉਸ ਸਰਕਾਰ ਦੇ ਸਮੇਂ 'ਚ ਸਾਡੇ ਲੋਕਾਂ ਨੂੰ ਥਾਣਿਆਂ ਮੂਹਰੇ ਬੈਠਣਾ ਪਵੇ। ਥਾਣਾ ਇੱਕ ਉਹ ਚੀਜ਼ ਹੈ ਜਿੱਥੇ ਕਿਸੇ ਵੀ ਪੀੜਿਤ ਨੂੰ ਇਨਸਾਫ਼ ਸਭਾ ਸੁਸਾਇਟੀ 'ਚੋਂ ਜਦੋਂ ਨਹੀਂ ਮਿਲਦਾ
तो अगला थाने वाल नूं तुरदा भी मैं थाने जाऊँगा और उतों नूं इंसाफ मिलन की उम्मीद होंदी है। और साडे नाल सारी बेइंसाफी इस थाने चो होई है और इहदे करके सानूं इत्थे बैठना पिया। रही गल जिहड़ी तुसीं गल करदे हो कि अगले प्रोग्राम की, देखो एक विक्टम नूं तां इहनां ने अक्यूज्ड बना रख्या है ते अक्यूज्ड नूं विक्टम बना के पेश करके तो जमानत करा के घूम रहा है, वह खुला तुर फिर रहा है। अगर ये कुछ आ रही गल एक होर नोट करो कि दुखदाई गल है कि पुलिस उस घर के जाके पलविंदर सिंह अरैसट कर जाती है परसों रात को, तो जो पुलिस अरैसट कर जाती है उस वेले एक नौजवान एक वीर आपके कोठे तो खड़ा वीडियो बना रहा है तो वह वीडियो बनाने वाले के उत्ते भी इस SHO ने परचा दर्ज किया है। ये क्या भी साडे नाल धक्का मुक्की की, बंदे नूं भजाउण की कोशिश की, बंदा कित्थे भज्जिया जी। वह एक गल, दूजी गल कि देखो जिस तरह की कहानी घड़ी गई है, SHO ने परसों मैनू ये गल कही है कि प्रधान जी लड़ाई दो बारी हुई है, पहला ये उन्होंने घर गया, फिर ये बंदा लंघिया आउंदा सी इहनू 20 दे विच उन्होंने फड़ के कुटमार की है। कल SIT गई है उत्थे उस इलाके दे विच जिहड़ी साडे अज धरने तो बाद माड़ी मोटी अख खुली आ प्रशासन की, SIT बनी, SIT ने रिपोर्टा कट्ठियां करनियां शुरू कीतियां और उस इलाके च लोगों के जिहड़े बयान लए ने टोटल लोगों ने बयान ये दिते है कि तुसी भाई इत्थे इक्को वारी झगड़ा होया, दूजी वारी कोई झगड़ा नहीं होया और वो आदमी उहदे घरे गया है। ये क्लीयर हो गया जिहड़ी SHO झूठ बोलता है, इहदा मतलब की है जी SHO झूठ बोलता है, जे DSP झूठ बोल के परचा करदे है SHO ते DSP दी मुड़ी भुगत है, जिहड़े उहनू बचाउण ते लगे हुए सी और लगातार यतनशील सी इस गल दे उत्ते कि वह जिहड़ा विक्टम है उहनू किसे ना किसे तरीके दे नाल दोषी बना के पेश किया जाए और इन्हां ने पेश किया भी है। नहीं मेरी तो मतलब अधिकारियों ने एक दो बारी गल हुई है लेकिन हुण किसे अधिकारी नाल हजे तिकर गल नहीं हुई। असी जिन्ना चिर हकीकत नहीं सामने आउंदी, सच्चाई नहीं सामने आउंदी, पहली तो गल है ये SHO हजे भी इत्थे बैठना। कल एक पासे तो SIT बयान लै रही है लोगों के, तो ये SHO उस अगवा के घर बैठा है जिहड़ा अगवा बनाया इन्होंने, फर्जी अगवा बनाया जिहड़ा उहदे घर बैठा है और उत्थे बैठ के सद सद के लोगों नूं प्रेशराइज कर रहा है कि तुसी बयान पलविंदर सिंह दे खिलाफ दिओ। जे SHO ये कर रहे थे तो मतलब की है कि इन्वेस्टिगेशन ठीक ढंग नाल नहीं होण दे रहा, तुरंत बंदा बर्खास्त होना चाहिए, तुरंत वो DSP बर्खास्त होना चाहिए जिस DSP ने इस घटनाक्रम नूं सारे नूं ठीक लड़ाई नूं ठीक जगह पर हुई लड़ाई नूं गलत जगह पर लैके आंदा कागजा च और वह कागजां दे विच गलत जगह पर विखा के वो एक 452 लगनी सी 451 बनाई और उहनू बंदे नूं मतलब राहत दवाई जमानत करवा सकन दी, उल्टा उहनू मतलब उहदे नाल ST Act ला के अंदर करवाउण दी कोशिश कीती है और वह सारी एक मिली भुगत है, एक साजिश है, साजिश के तहत किया है। अगर साजिश के तहत इन्ना अंधेर करती है इन्ना कुछ हुंदा है, अज असी रोड ब्लॉक करनी है, अगर असी रोड ब्लॉक करते हैं लोगों को तकलीफ आती है इस SHO और उस DSP के कारण करके आ रही है और वो साडे बंदा जिन्ना चर बाहर नहीं आता उन्ना चर असी बिल्कुल प्रोटेस्ट जारी रखांगे और वो बंदा जिन्ना चर अंदर नहीं जाता मुड़ के जिहड़ा बंदा असल अक्यूज्ड है जिस बंदे ने साडी धी नूं हत्थ पाया। वो यार मैं हैरान है, पुलिस नूं वो सारा कुछ असी पेश कर चुके हैं, पहला पेश कर चुके हैं भी जनाब आ वीडियो वेखो, एक रस्ते च तुरी जाती किसी औरत नूं हत्थ पाया उस बंदे ने, यार इन्ना ही बहुत है। मन लो साड़ी नूं नहीं हत्थ पाया, मन लेने हैं, लेकिन उस जिहड़ी लड़की नूं हत्थ पाया औरत नूं हत्थ पाया वो औरत नहीं, वो एक बेचारी बाहरली स्टेट चो आके इत्थे मजदूरी करती है, ये बंदा आपके पैसे दे जोर दे उत्ते आपके नशे जे विच उस औरत नूं हत्थ पाउंदा है, वो किहदी औरत है, उन्हें क्यों हत्थ पाया गया इस बंदे वल्लों? पुलिस वास्ते कार्रवाई करने वास्ते थोड़ा सबूत है, हजे भी उस बंदे नूं खुला छड्डिया होया। सो इस करके जिन्नी देर तक इंसाफ नहीं मिलता साडा अंदोलन जारी रहेगा।